ਹੁਣ ਕੁਐਸਚਨ ਦੀ ਸਟੇਟਮੈਂਟ ਇਸ ਤਰ੍ਹਾਂ ਹੈ ਜੀ ਇਨ ਫਿਗਰ ਐਂਗਲ ABC 69 ਐਂਗਲ ACB 31 ਡਿਗਰੀ ਤੇ ਫਾਈਂਡ ਐਂਗਲ BDC ਆਪਾਂ ਐਂਗਲ BDC ਪਤਾ ਕਰਨਾ ਹੈ ਆਪਾਂ ਨੂੰ ਜੋ ਐਂਗਲ ABC ਤੇ ਐਂਗਲ ACB ਦਿੱਤਾ ਹੋਇਆ ਹੈ ਤੇ ਪੰਜਾਬੀ ਵਿੱਚ ਸਟੇਟਮੈਂਟ ਇਸ ਤਰ੍ਹਾਂ ਹੈ ਇਨ ਫਿਗਰ ਜੋ ਚਿੱਤਰ ਆਪਾਂ ਨੇ ਦਿੱਤਾ ਹੋਇਆ ਉਸ ਦੇ ਵਿੱਚ ਜੋ ਕੋਣ ABC ਹੈ ਉਹ 69 ਦੇ ਇਕੁਅਲ ਹੈ कोण एसीबी 31 ਦੇ ਇਕੁਅਲ ਹੈ ਤੇ ਆਪਾਂ ਕੋਣ ਬੀਡੀਸੀ ਦੀ ਦਾ ਮੁੱਲ ਪਤਾ ਕਰਨਾ ਹੈ ਕਿ ਉਹ ਕਿੰਨਾ ਹੋ ਸਕਦਾ ਹੈ ਤੇ ਕੋਣ ਬੀਡੀਸੀ ਆਪਾਂ ਨੂੰ ਡਾਇਗਰਾਮ ਦੇ ਵਿੱਚ ਕਿੱਥੇ ਨਜ਼ਰ ਆ ਰਿਹਾ ਧਿਆਨ ਨਾਲ ਦੇਖੋ ਇਸ ਜਗ੍ਹਾ ਤੇ ਇਹ ਜੋ ਕੋਣ ਹੈ ਉਹ ਬੀਡੀਸੀ ਕੋਣ ਹੈ ਜੋ ਕਿ ਆਪਾਂ ਪਤਾ ਕਰਨਾ ਹੈ ਸੁਣੇਸ ਕੁਐਸਚਨ ਨੂੰ ਈਜ਼ੀ ਵੇ ਨਾਲ ਸੋਲਵ ਕਰਨ ਲਈ ਆਪਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਜੋ ਆਪਾਂ ਨੂੰ ਕੋਣ ਦਿੱਤੇ ਹੋਏ ਹਨ ਆਪਾਂ ਉਹਨਾਂ ਨੂੰ ਨੰਬਰਸ ਦੇ ਨਾਲ ਰਿਪਰੈਜ਼ੈਂਟ ਕਰਨਾ ਹੈ ਤੇ ਮੰਨ ਲੈਨੇ ਹਨ ਜੋ ਕੋਣ ABC ਹੈ ਉਸ ਨੂੰ ਆਪਾਂ ਕੋਣ 1 ਨਾਲ ਰਿਪਰੈਜ਼ੈਂਟ ਕਰਾਂਗੇ ਤੇ ਜੋ ਕਿ ਕੋਣ 1 ਆਪਣੇ ਕੋ ਕਿੰਨਾ ਦਿੱਤਾ ਹੋਇਆ ਹੈ ਕੁਐਸਚਨ ਦੇ ਅੰਦਰ 69 ਡਿਗਰੀ ਤੇ ACB ਨੂੰ ਆਪਾਂ ਮੰਨ ਲੈਨੇ ਹਨ ਕੋਣ 2 ਕੋ ਐਂਗਲ 2 ਤੇ ਇਹ ਆਪਾਂ ਨੂੰ ਦਿੱਤਾ ਹੋਇਆ ਹੈ 31 ਡਿਗਰੀ ਤੇ ਇੱਕ ਕੋਣ ਆਪਾਂ ਨੂੰ ਵਿੱਚ ਨਜ਼ਰ ਆ ਰਿਹਾ ਹੈ BAC BAC ਕੋਣ ਆਪਾਂ ਨੂੰ ਦਿੱਤਾ ਨਹੀਂ ਹੈ ਇਸ ਨੂੰ ਆਪਾਂ ਨੰਬਰ ਮੰਨ ਲੈਨੇ ਹਨ 3 ਇਹ ਵਾਲਾ ਕੋਣ ਹੋਏਗਾ ਜੀ ਤੇ ਇੱਕ ਜੋ ਆਪਾਂ ਲਾਸਟ ਵਿੱਚ ਕੋਣ ਪਤਾ ਕਰਨਾ ਹੈ ਆਪਾਂ ਕੋਣ ਪਤਾ ਕਰਨਾ ਹੈ ਬੀ ਡੀ ਸੀ ਤੇ ਇਸ ਨੂੰ ਆਪਾਂ ਨੰਬਰ ਦੇ ਦਿੰਨੇ ਹਨ 4 ਤੇ ਹੁਣ ਇਸ ਕੁਸ਼ਚਨ ਨੂੰ ਸੋਲਵ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਜੋ ਆਪਾਂ ਨੂੰ ਟ੍ਰਾਇੰਗਲ ਨਜ਼ਰ ਆ ਰਹੀ ਹੈ ए बी सी ਉਸ ਦੇ ਉੱਪਰ ਆਪਾਂ ਐਂਗਲ ਸਮ ਪ੍ਰੋਪਰਟੀ ਜਾਂ ਉਹ ਆਪਾਂ ਪ੍ਰੋਪਰਟੀ ਲਗਾਣੀ ਹੈ ਕਿ ਤ੍ਰਿਪੂਜ ਦੇ ਤਿੰਨਾਂ ਕੋਣਾਂ ਦਾ ਜੋੜ ਹੈ ਉਹ 180 ਡਿਗਰੀ ਹੁੰਦਾ ਹੈ ਧਿਆਨ ਨਾਲ ਦੇਖੋ ਆਪਾਂ ਨੂੰ ਟ੍ਰਾਇੰਗਲ ए बी सी ਨਜ਼ਰ ਆ ਰਹੀ ਹੈ ਮੈਂ ਇੱਥੇ ਲਗਦੋ ਡਰਾ ਕਰ ਰਹੇ ਹਾਂ ट्रायंगल ABC ਇਹ ਆਪਣੇ ਕੋ A B C A ਵਾਲੇ ਕੋਣ ਆਪਾਂ ਨੂੰ ਦੋ ਦਿੱਤੇ ਹੋਏ ਹਨ ਤੇ ਇਹ ਵਾਲਾ ਕੋਣ ਆਪਾਂ ਇਸ ਦੇ ਵਿੱਚ ਪਤਾ ਕਰ ਲੈਣਾ ਹੈ ਇਸ ਨੂੰ ਆਪਾਂ ਕੋਣ 1 ਮੰਨਿਆ ਹੈ ਇਸ ਨੂੰ ਕੋਣ 2 ਤੇ ਇਸ ਨੂੰ ਆਪਾਂ ਕੋਣ 3 ਮੰਨਿਆ ਹੈ ਤੇ ਹੁਣ ਆਪਾਂ ਇੱਥੇ ਪ੍ਰੋਪਰਟੀ ਲਗਾਣੀ ਹੈ ਕੋਣ 1 ਕੋਣ 2 ਕੋਣ 3 कोण एंगल वन एंगल टू एंगल थ्री तिना कोणों का जोड़ अपने को कि होंक सौ अस्सी डिग्री तो अपने कोई प्रॉपर्टी है कि त्रिभुज तिना कोणों का जोड़ एक सौ अस्सी डिग्री हूँ है ज सम ऑफ एंगल्स ऑफ ए एंगल इज़ वन एटी हूँ ध्यान देखो एंगल वन भी आप पता है कि देखो एंगल वन अपने को कि है सिक्सटी नाइन इसकी जगह पर सिक्सटी नाइन डिग्री आ जाएगा एंगल टू भी आप पता है कि थर्टी वन तो एंगल थ्री आप नहीं पता है कि इज इक्वल टू वन एटी डिग्री हूँ इन दोनों जब प्लस कर दिए सिक्सटी नाइन तो थर्टी वन ये सौ आ जाएगा प्लस एंगल थ्री कोण तीन बराबर एक सौ अस्सी हूँ कौन तीन आपको किस तरह इस तो क्ढना है एक दे सौ अस्सी के सौ नाइनस कर देना है तो जो एंगल थ्री है वो अपने को कि आ जाएगा अस्सी डिग्री इट मीन ये जो एंगल है अपने को 80 ਡਿਗਰੀ ਦੇ ਇਕੁਅਲ ਆ ਗਿਆ ਹੈ ਜੀ ਤੇ ਹੁਣ ਆਪਾਂ ਪਤਾ ਕਰਨਾ ਹੈ ਐਂਗਲ ਬੀ ਡੀ ਸੀ ਹੁਣ ਐਂਗਲ ਬੀ ਡੀ ਸੀ ਕਿਸ ਦੇ ਇਕੁਅਲ ਟੂ ਹੋਏਗਾ ਉਸ ਨੂੰ ਪਤਾ ਕਰਦੇ ਹਾਂ ਸਟੂਡੈਂਟ ਐਂਗਲ ਜੋ 4 ਆਪਣੇ ਕੋ ਹੈ ਤੇ ਜੋ ਐਂਗਲ ਆਪਣੇ ਕੋ 3 ਹੈ ਇਹ ਦੋਨੋਂ ਹੀ ਜੋ ਐਂਗਲਸ ਹਨ ਉਹ ਆਪਣੇ ਕੋ ਹਨ ਐਂਗਲ ਇਨ ਸੇਮ ਸੈਗਮੈਂਟ ਜਾਂ ਇੱਕੋ ਚੱਕਰਖੰਡ ਵਿੱਚ ਬਣੇ ਕੋਣ ਤੇ ਇੱਕੋ ਚੱਕਰਖੰਡ ਵਿੱਚ ਬਣੇ ਜੋ ਕੋਣ ਹੁੰਦੇ ਹਨ ਆਪਸ ਵਿੱਚ ਬਰਾਬਰ ਹੁੰਦੇ ਹਨ ਇਟ ਮੀਨ ਜੋ ਐਂਗਲ 4 ਹੈ ਉਹ ਐਂਗਲ 3 ਦੇ ਇਕੁਅਲ ਹੀ ਹੋਏਗਾ ਤੇ ਇਸ ਦਾ ਰੀਜ਼ਨ ਤੁਹਾਨੂੰ ਨਜ਼ਰ ਆ ਰਿਹਾ ਹੈ ਬ੍ਰੈਕਟ ਦੇ ਵਿੱਚ ਕਿ ਐਂਗਲ ਇਨ ਸੇਮ ਸੈਗਮੈਂਟ ਇੱਕੋ ਹੀ ਸੈਗਮੈਂਟ ਵਿੱਚ ਬਣੇ ਕੋਣ ਜਾਂ ਇੱਕੋ ਹੀ ਚੱਕਰਖੰਡ ਵਿੱਚ ਬਣੇ ਕੋਣ ਜੋ ਹੈ ਉਹ ਆਪਸ ਵਿੱਚ ਕੀ ਹੁੰਦੇ ਹਨ ਬਰਾਬਰ ਹੁੰਦੇ ਹਨ ਤੇ ਇਟ ਮੀਨ ਜੋ ਐਂਗਲ 4 ਹੈ ਉਹ ਵੀ ਕਿਸ ਦੇ ਇਕੁਅਲ ਟੂ ਆ ਜਾਏਗਾ ਐਂਗਲ 3 ਦੇ ਤੇ ਐਂਗਲ 3 ਆਪਣੇ ਕੋ ਕਿੰਨਾ ਸੀਗਾ 80 ਡਿਗਰੀ ਇਟ ਮੀਨ ਜੋ ਐਂਗਲ 4 ਹੈ ਉਹ ਵੀ ਆਪਣੇ ਕੋ ਕਿੰਨਾ ਆ ਜਾਏਗਾ 80 ਡਿਗਰੀ ਦੇ ਇਕੁਅਲ ਤੇ ਐਂਗਲ 4 ਆਪਣੇ ਕੋ ਕਿਹੜਾ ਸੀਗਾ ਜੀ BDC ਜੋ ਕਿ ਆਪਾਂ ਪਤਾ ਕਰਨਾ ਸੀ ਐਂਗਲ ਇਟ ਮੀਨ ਆਪਣੇ ਕੋਲ ਜੋ ਐਂਗਲ BDC ਆ ਕਿੰਨਾ ਆ ਗਿਆ ਹੈ 80°